ਇਹ ਵੀਡੀਓ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ। ਆਓ ਤੁਹਾਨੂੰ ਲੈ ਚੱਲਦੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਛੋਟੇ ਜਿਹੇ ਪਿੰਡ ਭੰਬਾ ਲੰਡਾ ਵਿਖੇ, ਜਿੱਥੇ ਆਸਟ੍ਰੇਲੀਆ ਤੋਂ ਆਏ ਹੋਏ ਨੌਜਵਾਨ ਨੇ ਆਪਣੀ ਮਿਹਨਤ ਦੇ ਨਾਲ ਕਿਸਾਨਾਂ ਦੀਆਂ ਵਧਦੀਆਂ ਹੋਈਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਇੱਕ ਅਜਿਹੀ ਟਰਾਲੀ ਜਿਸ ਵਿੱਚ ਲੇਬਰ ਦੀ ਕੋਈ ਜ਼ਰੂਰਤ ਨਹੀਂ ਪੈਂਦੀ। ਇਸ ਟਰਾਲੀ ਵਿੱਚ ਇੱਕ ਅਜਿਹੀ ਮਸ਼ੀਨਰੀ ਫਿੱਟ ਕੀਤੀ ਹੈ ਜਿਸ ਨਾਲ ਤੂੜੀ ਆਪਣੇ ਆਪ ਹੀ ਲਹਿੰਦੀ ਹੈ ਤੇ ਲੇਬਰ ਦੀ ਵੀ ਬਚਤ ਹੁੰਦੀ ਹੈ ਅਤੇ ਟਾਈਮ ਦੀ ਵੀ ਬਚਤ ਹੁੰਦੀ ਹੈ। ਆਓ ਮਿਲਾਈਏ ਤੁਹਾਨੂੰ ਇਸ ਸ਼ਖਸ ਨੂੰ ਜਿਨ੍ਹਾਂ ਨੇ ਇਹ ਟਰਾਲੀ ਨੂੰ ਤਿਆਰ ਕੀਤਾ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ। ਹਾਂਜੀ ਬਾਈ ਜੀ, ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਗੁਰਲਾਭ ਸਿੰਘ ਹੈ ਜੀ ਤੇ ਮੈਂ ਵੈਸੇ ਤਾਂ ਆਸਟ੍ਰੇਲੀਆ 'ਚ ਰਹਿਣਾ ਤੇ ਹੁਣ 2 ਮਹੀਨੇ ਦੀ ਛੁੱਟੀ ਆ ਰਹੀ ਹੈ। ਠੀਕ ਹੈ ਬਾਈ ਜੀ, ਤੁਸੀਂ ਇਹ ਟਰਾਲੀ ਤਿਆਰ ਕਰਨ ਦਾ ਆਈਡੀਆ ਤੁਹਾਡੇ ਦਿਮਾਗ ਵਿੱਚ ਕਿਵੇਂ ਆਇਆ? ਦਰਅਸਲ ਗੱਲ ਇਹ ਹੈ ਜੀ, ਜਦੋਂ ਅਸੀਂ ਤੂੜੀ ਬਣਾਉਂਦੇ ਹਾਂ ਤਾਂ ਤੂੜੀ ਬਣਾਉਣ ਵੇਲੇ ਜਦੋਂ ਲਾਉਣੇ ਅਸੀਂ ਸਟੋਰ ਕਰਦੇ ਹਾਂ ਤੂੜੀ ਨੂੰ ਤਾਂ ਉਦੋਂ ਪ੍ਰੋਬਲਮ ਬਹੁਤ ਆਉਂਦੀ ਲਾਉਣ ਦੀ। ਉਸ ਟਾਈਮ ਤੇ ਲੇਬਰ ਵੀ ਨਹੀਂ ਮਿਲਦੀ ਤੇ ਪੰਜਾਬ ਦੇ ਵਿੱਚ ਸਾਰੀ ਕੰਮ ਚੱਲਦਾ ਹੁੰਦਾ ਤੇ ਉਦੋਂ ਜੇ ਆਪਾਂ ਨੂੰ ਲੇਬਰ ਮਿਲਦੀ ਵੀ ਹੈ ਤਾਂ ਬਹੁਤ ਮਹਿੰਗੀ ਮਿਲਦੀ ਆ, ਜੋ ਕਿ ਅੱਜ ਦਾ ਹਰੇਕ ਕਿਸਾਨ ਉਹ ਚੀਜ਼ ਅਫੋਰਡ ਨਹੀਂ ਕਰ ਸਕਦਾ। ਤੇ ਮੈਂ ਸੋਚਿਆ ਵੀ ਟਰਾਲੀ ਵਿੱਚ ਕੋਈ ਅਜਿਹਾ ਜਗਾੜ ਤਿਆਰ ਕੀਤਾ ਜਾਵੇ, ਕੋਈ ਸਿਸਟਮ ਲਾਇਆ ਜਾਵੇ ਕਿ ਵੀ ਆਪਾਂ ਨੂੰ ਮਤਲਬ ਲੇਬਰ ਦੀ ਲੋੜ ਨਾ ਪਵੇ ਤੇ ਟਰਾਲੀ ਆ ਜਦੋਂ ਆਪਾਂ ਅੰਦਰ ਲਾਈਏ ਤਾਂ ਆਟੋਮੈਟਿਕ ਤੂੜੀ ਲੈ ਜਾਵੇ। ਤੇ ਉਹ ਸੋਚ ਮੈਂ ਰੱਖ ਕੇ ਫਿਰ ਹੌਲੀ ਹੌਲੀ ਮੈਂ ਇਹ ਡਿਜ਼ਾਈਨ ਤਿਆਰ ਕੀਤਾ। ਹਾਂਜੀ ਬਾਈ ਜੀ, ਸਾਡੇ ਦਰਸ਼ਕਾਂ ਤੁਸੀਂ ਦੱਸੋ ਇਹ ਟਰਾਲੀ ਤਿਆਰ ਕਰਨ ਨੂੰ ਕਿੰਨਾ ਟਾਈਮ ਲੱਗਿਆ ਤੇ ਕਿੰਨਾ ਖਰਚਾ ਆਇਆ? ਇਹ ਟਰਾਲੀ ਨੂੰ ਤਿਆਰ ਕਰਨ ਤੇ ਲਗਭਗ ਮੇਰੇ 2 ਹਫ਼ਤੇ ਲੱਗ ਗਏ ਆ। ਠੀਕ ਹੈ। ਤੇ ਜਿਹਦੇ ਵਿੱਚ ਮੈਨੂੰ ਕੁਝ ਸਪੇਅਰ ਪਾਰਟ ਬੜੀ ਮੁਸ਼ਕਲ ਨਾਲ ਮੈਂ ਇਕੱਠਾ ਕੀਤਾ ਇਹਦਾ ਤੇ ਇਹ ਲਗਭਗ ਇਹ ਤੇ ਖਰਚਾ 22,000 ਰੁਪਈਆ। ਠੀਕ ਹੈ। ਤੇ ਬਾਈ ਜੀ, ਇਹ ਟਰੈਕਟਰ ਕਿੰਨੇ ਹੱਥ ਪਾਵਰ ਦੇ ਚਲਾਉਣ ਵਾਸਤੇ ਚਾਹੀਦਾ ਜੀ? ਇਹਦੇ ਵਾਸਤੇ ਆਪਾਂ ਨੂੰ ਟਰੈਕਟਰ ਹੌਸ ਪਾਵਰ ਦੀ ਤਾਂ ਕੋਈ ਵੱਡੀ ਗੱਲ ਨਹੀਂ ਗੀ, ਹੌਸ ਪਾਵਰ ਤਾਂ ਭਾਵੇਂ ਟਰੈਕਟਰ ਘੱਟ ਹੀ ਹੋਵੇ, ਪਰ ਇਹਦੇ ਵਾਸਤੇ ਜਿਹੜੀ ਆਪਾਂ ਨੂੰ ਬੈਟਰੀ ਚਾਹੀਦੀ ਆ ਉਹ ਬੈਟਰੀ ਵਧੀਆ ਕੁਆਲਿਟੀ ਕੰਪਨੀ ਦੀ ਚਾਹੀਦੀ ਆ। ਜਿਹੜੀ ਦੇਸੀ ਬੈਟਰੀ ਆ ਉਹ ਇਹਨੂੰ ਚਲਾ ਨਹੀਂ ਸਕਦੀ ਕਿਉਂਕਿ ਇਹਦੇ ਵਿੱਚ ਇਲੈਕਟ੍ਰੋਨਿਕ ਮੋਟਰ ਫਿੱਟ ਕੀਤੀ ਗਈ ਹੈ। ਹਾਂਜੀ। ਉਹ 12 ਵੋਲਟ ਦੀ ਇਲੈਕਟ੍ਰੋਨਿਕ ਮੋਟਰ ਆ ਜੋ ਫੁੱਲੀ ਰਿਮੋਟ ਕੰਟਰੋਲ ਆ ਜੀ। ਠੀਕ ਹੈ। ਹਾਂਜੀ। ਤੇ ਬਾਈ ਜੀ, ਤੁਸੀਂ ਸਾਨੂੰ ਖੁਦ ਹੀ ਇਸ ਟਰਾਲੀ ਬਾਰੇ ਜਾਣਕਾਰੀ ਦਿਓ। ਹਾਂ, ਇਹ ਟਰਾਲੀ ਆਪਾਂ ਤੁਹਾਨੂੰ ਹੁਣ ਚਲਾ ਕੇ ਵਿਖਾ ਸਕਦੇ ਹਾਂ। ਹਾਂਜੀ। ਵੈਸੇ ਤਾਂ ਆਪਾਂ ਜੇ ਟਰੈਕਟਰ ਬੰਦ ਆ ਤਾਂ ਬੰਦ ਟਰੈਕਟਰ ਤੋਂ ਵੀ ਆਪਾਂ ਇਹਨੂੰ ਚਲਾ ਸਕਦੇ ਹਾਂ। ਠੀਕ ਹੈ ਜੀ। ਪਰ ਉਹ ਜਿਹੜੀ ਵਿੱਚ ਮੋਟਰ ਫਿੱਟ ਕੀਤੀ ਗਈ ਆ ਉਹ ਮੋਟਰ ਬੈਟਰੀ ਦਾ ਫਿਰ ਕਰੰਟ ਖਿੱਚਦੀ ਆ, ਜਿਹਦੇ ਕਰਕੇ ਬਾਅਦ ਚ ਆਪਾਂ ਨੂੰ ਟਰੈਕਟਰ ਸਟਾਰਟ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੇ ਆਪਾਂ ਪਹਿਲਾਂ ਟਰੈਕਟਰ ਸਟਾਰਟ ਕਰ ਲੈਂਦੇ ਹਾਂ। ਹਾਂਜੀ। ਫਿਰ ਤੁਹਾਨੂੰ ਕੀ ਇਹ ਪਾਉਣੇ ਰਿਮੋਟ ਕੰਟਰੋਲ ਵੀ ਆ ਔਰ ਇਹਦੇ ਤੇ ਆਹ ਇੱਕ ਸਵਿੱਚ ਵੀ ਲੱਗੀ ਹੋਈ ਆ ਔਰ ਜਿਹੜੀ ਸਵਿੱਚ ਆ ਇਸ ਸਵਿੱਚ ਤੇ ਵੀ ਕੰਟਰੋਲ ਹੁੰਦੀ ਆ। ਔਰ ਇਹ ਜਿਹੜੀ ਫਰੇਮ ਸਾਰਾ ਜੋ ਮੋਟਰ ਆ ਇਹ ਰਿਮੋਟ ਕੰਟਰੋਲ ਵੀ ਹੈ, ਜੇ ਆਪਾਂ ਰਿਮੋਟ ਤੋਂ ਕੰਮ ਕਰਾਉਣਾ ਹੋਵੇ ਤਾਂ ਰਿਮੋਟ ਤੋਂ ਵੀ ਕੰਮ ਪੂਰਾ ਕਰਦਾ ਇਹ। ਬਾਈ ਜੀ, ਤੁਹਾਨੂੰ ਰਿਮੋਟ ਬਾਰੇ ਜਾਣਕਾਰੀ ਦਿਓ ਵੀ ਰਿਮੋਟ ਦਾ ਕੀ ਫਾਇਦਾ ਜੀ?
ਰਿਮੋਟ ਦਾ ਇਹਦਾ ਇਹ ਫਾਇਦਾ ਜੀ, ਜਦੋਂ ਆਪਾਂ ਪੱਖੇ ਤੇ ਤੂੜੀ ਲਾਉਣੀ ਆ, ਠੀਕ ਆ ਜੀ, ਤੇ ਜੇ ਆਪਾਂ ਸਵਿੱਚ ਤੋਂ ਕੰਟਰੋਲ ਕਰਾਂਗੇ ਤਾਂ ਇੱਕੋ ਦਮ ਸਾਰੀ ਤੂੜੀ ਪੱਖੇ ਤੇ ਡਿੱਗ ਪਊਗੀ, ਜਾਂ ਤਾਂ ਉਹ ਫਿਰ ਪੱਖਾ ਚੋਕ ਹੋ ਜੂਗਾ, ਜਾਂ ਇਹ ਫਿਰ ਉਹਦੀ ਆਪਾਂ ਨੂੰ ਕੋਈ ਚੀਜ਼ ਨੁਕਸਾਨ ਹੋ ਸਕਦਾ ਪੱਖੇ ਦਾ, ਜਦੋਂ ਇੱਕੋ ਦਮ ਪੱਖੇ ਤੇ ਤੂੜੀ ਡਿੱਗ ਪਊਗੀ। ਤੇ ਬਾਈ ਜੀ ਤੁਸੀਂ ਮਾਡਲ ਖੁਦ ਆਪ ਤਿਆਰ ਕੀਤਾ ਜੀ? ਹਾਂ, ਇਹਦਾ ਜੋ ਡਿਜ਼ਾਇਨ ਆ ਉਹ ਸਾਰਾ ਮੈਂ ਆਪ ਤਿਆਰ ਕੀਤਾ, ਔਰ ਇਹ ਡਿਜ਼ਾਇਨ ਤਿਆਰ ਕਰਦੇ ਨੂੰ ਮੈਨੂੰ ਲਗਭਗ 3 ਮਹੀਨਿਆਂ ਚ ਮੈਂ ਡਿਜ਼ਾਇਨ ਤਿਆਰ ਕੀਤਾ ਜੀ। ਹਾਂਜੀ ਹਾਂ, ਸਾਰਾ ਫਰੇਮ ਪਿੱਛੇ ਤੱਕ ਲੈ ਜਾ ਕੇ ਦੱਸਾਂਗੇ। ਇਹ ਜਿਹੜਾ ਫਰੇਮ ਆ, ਇਹ ਫਰੇਮ ਇਸ ਲੀਹ ਦੇ ਉੱਪਰ ਚੱਲ ਕੇ ਪਿੱਛੇ ਤੱਕ ਜਾਂਦਾ, ਠੀਕ ਹੈ ਜੀ। ਇਹਦੇ ਵਿੱਚ ਜਿਹੜੀ ਤੂੜੀ ਜਿੰਨੀ ਵੀ ਹੋਵੇਗੀ ਉਹ ਸਾਰੀ ਪਿੱਛੇ ਬਾਹਰ ਨਿਕਲ ਜਾਏ। ਤੇ ਬਾਈ ਜੀ ਇਹਦੇ ਫਰੇਮ ਦੀ ਕਪੈਸਿਟੀ ਕਿੰਨੀ ਹੈ ਜੀ? ਇਹ ਫਰੇਮ ਤੇ ਜਿਹੜੀ ਮੋਟਰ ਕੱਟ ਕੀਤੀ ਗਈ ਆ, ਵੈਸੇ ਤਾਂ ਉਸ ਮੋਟਰ ਦੀ ਕਪੈਸਿਟੀ 16 ਕੁਇੰਟਲ ਆ, ਮਤਲਬ ਖਿੱਚਣ ਦੀ ਕਪੈਸਿਟੀ ਆ, ਪਰ ਮੈਂ ਉਸਦੇ ਚੱਕਰ ਘਟਾ ਕੇ ਉਸਦੀ ਕਪੈਸਿਟੀ ਥੋੜੀ ਜਿਹੀ ਹੋਰ ਵਧਾ ਦਿੱਤੀ ਹੈ। ਠੀਕ ਹੈ। ਇਹ ਹੁਣ ਫਰੇਮ ਆ, ਇਹ ਉੱਥੋਂ ਚੱਲ ਕੇ ਬਿਲਕੁਲ ਪਿੱਛੇ ਤੱਕ ਜਾਊਗਾ, 1 ਫੁੱਟ ਪਿੱਛੇ ਰਹਿ ਜੂਗਾ, ਕਿਉਂਕਿ 1 ਫੁੱਟ ਦੇ ਵਿੱਚ ਜੋ ਮੇਰਾ ਸਿਸਟਮ ਲਗਾਏ ਉਹਦੇ ਕਰਕੇ 1 ਫੁੱਟ ਪਿੱਛੇ ਰਹਿਣਾ ਜ਼ਰੂਰੀ ਹੈ। ਇਹ ਦੁਬਾਰਾ ਹੀ ਵਾਪਸ ਚਲਾ ਜਾਊਗਾ? ਹਾਂਜੀ ਹਾਂ, ਇਹਦੇ ਵਿੱਚ ਸਾਰੇ ਸੇਫਟੀ ਸਵਿੱਚਾਂ ਲੱਗੀਆਂ ਹੋਈਆਂ, ਸੇਫਟੀ ਸਵਿੱਚਾਂ ਦੇ ਵਿੱਚ ਆਟੋਮੈਟਿਕ ਪਿੱਛੇ ਜਾ ਕੇ ਰੁਕ ਜਾਂਦਾ ਹੈ, ਇਹਦੇ ਵਿੱਚ ਨੁਕਸਾਨ ਵਾਲੀ ਗੱਲ ਨਹੀਂ। ਹੁਣ ਜਿਵੇਂ ਇੱਥੇ ਆ ਕੇ ਆਪਣੇ ਆਪ ਰੁਕ ਗਿਆ ਇਹ, ਠੀਕ ਹੈ ਜੀ। ਹੁਣ ਜਦੋਂ ਇਹ ਮੂਹਰਲੇ ਪਾਸੇ ਜਾਊਗਾ ਉਸੇ ਤਰ੍ਹਾਂ ਫਿਰ ਇਹ ਆਟੋਮੈਟਿਕ ਮੂਹਰਲੇ ਪਾਸੇ ਜਾ ਕੇ ਆਪਣੇ ਆਪ ਰੁਕ ਜਾਂਦਾ। ਬਹੁਤ ਹੈਵੀ ਸਟਾਰਟ ਕੀਤਾ ਕਿ ਜਦੋਂ ਤੂੜੀ ਦਾ ਪ੍ਰੈਸ਼ਰ ਵੀ ਵਿੱਚ ਪਿਆ ਹੋਵੇ ਤਾਂ ਤੂੜੀ ਵਿੱਚ ਖੜੇ ਨਾ। ਇਹ ਬਾਈ ਜੀ ਤੁਹਾਡੀ ਆਪਣੀ ਟਰਾਲੀ ਹੈ? ਹਾਂਜੀ ਆਪਣੀ। ਹਾਂਜੀ ਆਪਣੀ। ਹਾਂਜੀ ਬਾਈ ਜੀ, ਤੁਹਾਨੂੰ ਲੱਗਿਆ ਇਹਦੇ ਤੋਂ ਲੇਬਰ ਦਾ ਬਹੁਤ ਫਾਇਦਾ ਜੀ? ਠੀਕ ਹੈ ਜੀ, ਲੇਬਰ ਦੀ ਬਹੁਤ ਘੱਟ ਸਮੱਸਿਆ ਹੋਊਗੀ। ਇੱਕ ਇਹਦੇ ਵਿੱਚ ਮਤਲਬ ਕਹਿਣ ਦਾ ਵੀ ਆਪਾਂ ਨੂੰ ਡਿਟ ਕੋਈ ਲੇਬਰ ਨਾ ਵੀ ਇਕੱਲਾ ਡਰਾਈਵਰ ਆਵੇ ਟਰਾਲੀ ਮਤਲਬ ਕਿ ਲਾ ਕੇ ਆਪਣੇ ਆਪ। ਤੇ ਬਾਈ ਜੀ ਇਹ ਟਰਾਲੀ ਲਾਉਣ ਦਾ ਕਿੰਨੇ ਖਰਚਾ ਪੈਂਦਾ ਸੀ ਤੁਹਾਨੂੰ ਲੇਬਰ ਦਾ ਜੀ? ਲੇਬਰ ਦਾ ਕੋਈ ਪੈਂਦਾ ਸੀ 65-70 ਰੁਪਏ। ਠੀਕ ਹੈ ਜੀ। ਤੇ ਤੁਹਾਡੀ ਆਪਣੀ ਜ਼ਮੀਨ ਕਿੰਨੀ ਹੈ ਜੀ? ਆਪਣੀ ਹੈ 100 ਏਕੜ। ਤੇ ਕਿੰਨੀਆਂ ਟਰਾਲੀਆਂ ਬਣ ਜਾਂਦੀਆਂ ਤੂੜੀ ਦੀਆਂ? ਆਪਣੀ 150 ਟਰਾਲੀ ਬਣ ਜਾਂਦੀ ਹੈ। ਠੀਕ ਹੈ ਜੀ। ਕਿਉਂਕਿ ਤੂੜੀ ਲਾਉਣ ਵੇਲੇ ਬਾਹਲੀ ਪ੍ਰੋਬਲਮ ਆਉਂਦੀ ਸੀ ਤਾਂ ਹੁਣ ਇਹ ਸਿਸਟਮ ਅਸੀਂ ਪਹਿਲਾਂ 1 ਟਰਾਲੀ ਵਿੱਚ ਲਾ ਕੇ ਵੇਖਿਆ, ਹੁਣ ਇਹ ਬਹੁਤ ਵਧੀਆ ਸਿਸਟਮ ਚੱਲਦਾ ਤੇ ਅਗਲੀ ਵਾਰੀ ਨੂੰ 3 ਟਰਾਲੀਆਂ ਦੇ ਵਿੱਚ ਲਾ ਦਿਆਂਗੇ ਤਾਂ ਫਿਰ 1 ਵੀ ਬੰਦੇ ਦੀ ਮਤਲਬ ਲੋੜ ਨਹੀਂ ਪਊਗੀ ਸਾਨੂੰ ਲਾਉਣ ਦੀ। ਠੀਕ ਹੈ ਜੀ। ਤੁਸੀਂ ਟਰਾਲੀ ਤੋਂ ਬਿਨਾਂ ਹੋਰ ਵੀ ਕੋਈ ਮਾਡਲ ਤਿਆਰ ਕੀਤੇ ਆ? ਹਾਂਜੀ ਹਾਂ, ਮੈਂ ਅਸਲ ਦੇ ਵਿੱਚ ਨਿੱਕਾ ਹੁੰਦਾ ਹੀ ਇਹ ਜੇ ਕਾਫੀ ਕੰਮ ਕਰਦਾ ਰਿਹਾ, ਔਰ ਨਿੱਕੇ ਹੁੰਦੇ ਨੂੰ ਮੈਨੂੰ ਪਹਿਲਾਂ ਨਿੱਕੇ ਨਿੱਕੇ ਮਾਡਲ ਬਣਾਉਣ ਦਾ ਸ਼ੌਂਕ ਸੀਗਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਮੇਰਾ ਐਕਸਪੀਰੀਅੰਸ ਵੱਧਦਾ ਗਿਆ ਤੇ ਮੈਂ ਵੱਡੇ ਪ੍ਰੋਡਕਟ ਤਿਆਰ ਕਰਨ ਲੱਗ ਗਿਆ ਜੀ। ਤੇ ਹੁਣ ਬਾਹਰ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਟੈਕਨੋਲੋਜੀਸ ਦੇਖ ਕੇ ਉਸ ਤਰ੍ਹਾਂ ਵੀ ਹੋਰ ਮੈਂ ਪ੍ਰੋਡਕਟ ਨਵੇਂ ਨਵੇਂ ਤਿਆਰ ਕਰ ਰਿਹਾ। ਤੇ ਇਸ ਤੋਂ ਪਹਿਲਾਂ ਸਨ 2006 ਤੋਂ ਪਹਿਲਾਂ ਮੈਂ ਪੰਜਾਬ ਦੇ ਵਿੱਚ ਲੋਡਰ ਤਿਆਰ ਕੀਤਾ ਸੀਗਾ, ਇਸੇ ਟਰੈਕਟਰ ਤੇ ਹੀ ਤਿਆਰ ਕੀਤਾ ਸੀਗਾ। ਉਦੋਂ ਇਹ ਟਰੈਕਟਰ ਨਵੇਂ ਨਵੇਂ ਆਏ ਸੀਗੇ, ਫਾਰਮ ਟਰੈਕ 65, ਤੇ ਇਹਨਾਂ ਦੇ ਉੱਪਰ ਸਾਡੇ ਉਸ ਟਾਈਮ ਤੇ ਟਿੱਬੇ ਬਹੁਤ ਜ਼ਿਆਦਾ ਹੁੰਦੇ ਸੀ ਰੇਤਾ ਦੇ ਤੇ ਸਾਨੂੰ ਚੱਕਣ ਦੀ ਪ੍ਰੋਬਲਮ ਆਉਂਦੀ ਸੀ। ਉਦੋਂ ਮੈਂ ਇਹਦੇ ਤੇ ਲੋਡਰ ਤਿਆਰ ਕੀਤਾ ਸੀਗਾ ਜੋ ਬਹੁਤ ਹੀ ਸਕਸੈਸਫੁਲ ਰਿਹਾ ਉਦੋਂ, ਤੇ ਉਦੋਂ ਬਹੁਤ ਵਧੀਆ ਕੰਮ ਕਰਦਾ ਸੀਗਾ। ਉਸ ਤੋਂ ਬਾਅਦ ਅਸੀਂ ਆਪਣੇ ਹੀ ਘਰ ਦੇ ਟਰੈਕਟਰ ਸਵਰਾਜ 855 ਤੇ ਅਸੀਂ ਏਸੀ ਕੈਬਲ ਲਾਇਆ ਸੀਗਾ। ਠੀਕ ਹੈ। ਹੁਣ ਆਪਾਂ ਏਸੀ ਕੈਬਨ ਵੀ ਲਾਉਂਦੇ ਹਾਂ ਟਰੈਕਟਰਾਂ ਤੇ, ਔਰ ਲੋਡਰ ਵੀ ਤਿਆਰ ਕਰਦੇ ਹਾਂ ਜੀ। ਤੇ ਹੋਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਕ ਆਲੂ ਪੱਟਣ ਵਾਲੀ ਆਟੋਮੈਟਿਕ ਮਸ਼ੀਨ ਤਿਆਰ ਕਰ ਰਹੇ ਹਾਂ, ਜਿਹੜੀ ਮਸ਼ੀਨ ਆਪੇ ਹੀ ਆਲੂ ਪੱਟ ਕੇ ਔਰ ਸਾਫ਼ ਕਰਕੇ ਤੇ ਟਰਾਲੀ 'ਚ ਪਾਊਗੀ।
ਠੀਕ ਹੈ ਜੀ। ਹਾਂਜੀ ਹਾਂ ਹਾਂਜੀ ਬਾਈ ਜੀ, ਉਹ ਮਸ਼ੀਨ ਮਤਲਬ ਆਲੂਆਂ ਦੀ ਛਾਂਟੀ ਵੀ ਆਪੇ ਕਰੂਗੀ, ਠੀਕ ਹੈ ਜੀ, ਤੇ ਸਫਾਈ ਵੀ ਆਪੇ ਕਰੂਗੀ। ਆਪਾਂ ਨੂੰ ਸਿਰਫ ਖੇਤ ਚੋ ਟਰਾਲੀ ਭਰ ਕੇ ਆਲੂਆਂ ਦੀ ਘਰੇ ਲਿਆਉਣੀ ਹੈ। ਹਾਂਜੀ ਬਾਈ ਜੀ, ਉਹ ਤੁਸੀਂ ਕਿੰਨੇ ਟਾਈਮ ਤੱਕ ਦੂਜਾ ਮਾਰਕੀਟ ਉਤਾਰ ਰਹੇ ਹੋ ਮਸ਼ੀਨ? ਉਹ ਮਸ਼ੀਨ ਅਸੀਂ ਇਸ ਸਾਲ ਤਿਆਰ ਕਰ ਦੇਣੀ ਸੀ, ਪਰ ਨੋਟਬੰਦੀ ਦੇ ਕਰਕੇ ਸਾਡਾ ਉਹਦਾ ਕੰਮ ਥੋੜਾ ਜਿਹਾ ਸਲੋ ਹੋ ਗਿਆ, ਠੀਕ ਹੈ ਜੀ, ਤੇ ਤੁਹਾਨੂੰ ਵੀ ਪਤਾ ਜੀ ਸਾਰੇ ਇੰਡੀਆ ਦੇ ਵਿੱਚ ਹੀ ਕੈਸ਼ ਦੀ ਪ੍ਰੋਬਲਮ ਆ, ਤੇ ਉਹਦੇ ਕਰਕੇ ਸਾਡਾ ਕੰਮ ਸਲੋ ਹੋ ਗਿਆ, ਤੇ ਉਹ ਅਸੀਂ ਹੋਪਫੁਲੀ ਨੈਕਸਟ ਈਅਰ ਅਸੀਂ ਤਿਆਰ ਕਰ ਦੇਣਗੇ। ਯਾਨੀ ਕਿ ਉਹਦਾ ਕੰਮ ਚੱਲ ਰਿਹਾ ਜੀ? ਹਾਂਜੀ ਹਾਂ, ਉਹਦਾ ਕੰਮ ਚੱਲੀ ਜਾਂਦਾ, ਉਹ ਅਸੀਂ ਤਿਆਰ ਕਰ ਰਹੇ ਹਾਂ, ਬਟ ਸਲੋ ਹੋ ਗਿਆ ਕੰਮ ਸਾਡਾ ਨੋਟਬੰਦੀ ਦੇ। ਹਾਂਜੀ ਬਾਈ ਜੀ, ਤੁਸੀਂ ਸਾਡੀ ਟੀਮ ਲਈ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਛਾ ਜੀ, ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਤੇ ਵਟਸਐਪ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਨਮਸਕਾਰ, ਸਤਿ ਸ੍ਰੀ ਅਕਾਲ ਜੀ।